आकाशवाणी जम्मू है बड़े खबरों च तोंदा स्वागत पहले खास खास खबरें करने मैं पंकज कोहली केंद्रीय राज्य मंत्री डॉक्टर जितेंद्र सिंह ओर यहां कहे जे भारत प्रकृति ते भारतीय सांस्कृतिक मूल्य कन्ने टिकाऊ विकास हास्ते वचनबद्ध है रक्षा अनुसंधान विकास संगठन डीआरडीओ ते भारतीय नौसेना ने नेवल ने प्लेटफार्म थमा इंटरसेप्टर बैलिस्टिक मिसाइल दा सफलता कन्ने परीक्षण कीता मतदाता सूचीं दी पर्यवेक्षक शीतल नंदा ओर रियासीते उधमपुर जिले दा दौरा लायी मतदाता केंद्र दा मुआयना कीता ਉਤਰੀ ਸੈਨਾ ਕਮਾਂਡਰ ਹੋਰੇ ਪੋਂਛ ਜ਼ਿਲੇ ਚ ਆਸੀ ਅਲੀਥਾਰਾ ਦਾ ਦੌਰਾ ਲਾਇਆ ਤੇ ਸੁਰੱਖਿਆ ਅਲਾਤਾ ਜਾਇਜ਼ਾ ਲੇਤਾ ਖਬਰਾਂ ਦੀ ਤਫਸੀਲ ਕਰਨੇ ਨਿਰਮਲ ਵਿਕਰਮ ਸਾਇੰਸ ਟੈਕਨੋਲੋਜੀ ਤੇ ਪ੍ਰਿਥਵੀ ਵਿਗਿਆਨ ਸਰਬੰਧੀ ਮਹਿਕਮੇ ਦੇ ਕੇਂਦਰੀ ਰਾਜ ਮੰਤਰੀ ਡਾਕਟਰ ਜੀਤਿੰਦਰ ਸਿੰਘ ਹੋਰੇ ਪ੍ਰਿਥਵੀ ਵਿਗਿਆਨ ਮੰਤਰਾਲੇ ਆਸਿਆ ਆਯੋਜਿਤ ਕੀਤੇ ਗਏ ਇੱਕ ਸਮਾਰੋਹ ਬੋਲਦਿਓਈ ਆਖਿਆ ਜੇ ਲਾਈਫ ਯਾਨੀ ਪర్యావరణ ਆਸਤੈ ਜੀਵਨ ਸ਼ੈਲੀ ਸਰਬੰਧੀ ਅਭਿਆਨ ਜਿਸੇ ਪ੍ਰਧਾਨ ਮੰਤਰੀ ਹੁਂਦਿਆਸੀਆ ਸ਼ੁਰੂ ਕੀਤਾ ਗਿਆ ਦਾ ਉਹਦੇ ਚ ਕੁਦਰਤ ਕਨਿਆ ਤਾਲਮੇਲ ਬਨਾਈ ਹੈ ਟਿਕਾਊ ਵਿਕਾਸ ਲਈ ਸਾਂਸਕ੍ਰਿਤਿਕ ਮੁੱਲਿਆਂ ਉਪਰ ਅਧਾਰਿਤ ਜੀਵਨ ਸ਼ੈਲੀ ਅਪਣਾਉਣ ਲਈ ਭਾਰਤ ਬਚਨ ਵੱਧ ਹੈ ਕੇਂਦਰੀ ਮੰਤਰੀਓ ਨੇ ਆਖਿਆ ਜੇ लाइफ मिशन दी सोच ਪਰਿਆਵਰਣ ਦੇ ਅਨੁਕੂਲ ਜੀਵਨ ਸ਼ੈਲੀ ਕੀ ਬੜਾਵਾ ਦਿੰਦੀ ਹੈ ਜਿਸ ਕਨੇ ਪ੍ਰਕਿਰਤੀ ਦੇ ਅਨੇ ਬਾ ਦੁਰੂਪਯੋਗ ਕੀ ਰੋਕਿਆ ਜਾ ਸਕਦਾ ਹੈ ਡਾਕਟਰ ਜితేਂਦਰ ਸਿੰਘ ਹੋਰਾਂ ਆਖਿਆ ਜੇ ਪ੍ਰithvi ਵਿਗਿਆਨ ਮੰਤਰਾਲੇ ਪਰਿਆਵਰਣ ਜਲਵਾਯੂ ਮਹਾਸਾਗਰ ਤੇ ਤੱਟੀ ਆਲੇ ਖੇਤਰ ਤੇ ਜਲ ਵਿਗਿਆਨ ਕੰਨ ਸਰਬੰਦੇਤ ਸਭ ਨੇ ਪਹਿਲੂਆਂ ਪਰ ਧਿਆਨ ਦੇ ਅਰਦਾ ਰਕਸ਼ਾ ਅਨੁਸੰਧਾਨ ਤੇ ਵਿਕਾਸ ਸੰਗਠਨ ਤੇ ਭਾਰਤੀ ਨੌ ਸੈਨਾ ਨੇ ਇੰਟਰਸੈਪਟਰ ਬੈਲਿਸਟਿਕ ਮਿਸਾਈਲ ਦਾ ਸਫਲਤਾਕੰਨ ਪ੍ਰੀਖਣ ਕੀਤਾ ਇਹ ਪ੍ਰੀਖਣ 오ਡੀਸ਼ਾ ਕੋਲ ਬੰਗਾਲ ਦੀ ਖਾੜੀ ਚ ਨੌ ਸੈਨਾ ਪਲੇਟਫਾਰਮ ਚ ਕੀਤਾ ਗਿਆ ਇਸ ਪ੍ਰੀਖਣ ਦਾ ਮਕਸਦ ਦੁਸ਼ਮਣ ਮਿਸਾਈਲ ਗੀ ਰਸਤੇ ਚ ਗੈ ਤਬਾ ਕਰਨਾ ਇਸ ਕੰਨ ਭਾਰਤ ਰੱਖਿਆ ਮਿਸਾਈਲ ਦੇ ਖੇਤਰ ਚ ਕਿਛ ਪ੍ਰਮੁਖ ਦੇਸ਼ੇ ਦੇ ਸਮੂਹ ਚ ਸ਼ਾਮਲ ਹੋਈ ਗਿਆ ਰੱਖਿਆ ਮੰਤਰਾਲੇ ਨੇ ਆਖਿਆ ਜੇ ਇਸ ਥਮਾ ਪਹਿਲੇ ਰੱਖਿਆ ਅਨੁਸੰਧਾਨ ਤੇ ਵਿਕਾਸ ਸੰਗਠਨ ਨੇ ਜ਼ਮੀਨਾਂ ਥਮਾ ਮਾਰ ਕਰਨੇ ਵਾਲੀ ਦੀ ਬੈਲਿਸਟਿਕ ਰੱਖਿਆ ਮਿਸਾਈਲ ਦਾ ਸਫਲ ਪਰਿਕਸ਼ਣ ਕੀਤਾ ਹੈ ਰੱਖਿਆ ਮੰਤਰੀ ਰਾਜਨਾਥ ਸਿੰਘ ਹੋਰੇ ਇਸ ਮੌਕੇ ਰੱਖਿਆ ਅਨੁਸੰਧਾਨ ਤੇ ਵਿਕਾਸ ਸੰਗਠਨ ਨੌ ਸੈਨਾ ਤੇ ਸਰਬੰਧਤ ਉਦਯੋਗਾਂ ਦੀ ਇਸ ਸਫਲ ਪਰਿਕਸ਼ਣ ਆਸਤੇ ਵਧਾਈ ਦਿੱਤੀ ਸੰਗਠਨ ਦੇ ਅਧਿਕਸ਼ ਡਾਕਟਰ ਸਮੀਰ ਵੀ ਕਾਮਤ ਹੋ ਰਿਹਾ ਆਖਿਆ ਜੇ ਭਾਰਤ অতি ਉન્નਤ ਨੈਟਵਰਕ ਆਧਾਰਿਤ ਪ੍ਰਤੀਰੋਧੀ ਰੱਖਿਆ ਮਿਸਾਈਲ ਪ੍ਰਣਾਲੀ ਚ ਆਤਮ ਨਿਰਭਰ ਹੋਈ ਗਿਆ ਹੈ ਸਮਾਜ ਕਲਿਆਣ ਵਿਭਾਗ ਦੇ ਕਮਿਸ਼ਨਰ ਸੈਕਟਰੀ ਸ਼ੀਤਲ ਨੰਦਾ ਹੋਰੇ ਜਿਹੜੀਆਂ ਡੋਡਾ ਰਾਮਬਨ ਕਿਸ਼ਤਵੜ ਰਿਆਸੀ ਤੇ ਉਦੋਂਪੁਰ ਜ਼ਿਲ੍ਹੇ ਦੀਆਂ ਮਤਦਾਤਾ ਸੂਚੀ ਪਰੇਵਿਖਕ ਵੀ ਹਨ ਉਹਨੇ ਕੱਲ ਰਿਆਸੀ ਤੇ ਉਦੋਂਪੁਰ ਜ਼ਿਲ੍ਹੇ ਦਾ ਦੌਰਾ ਲਾਇਆ ਉਦਮਪੁਰ ਦੇ ਦੌਰੇ ਦੌਰਾਨ ਸ਼੍ਰੀਮਤੀ ਨੰਦਾ ਅਤੇ ਟਿਕਰੀ ਗਰਨਾਈ ਰੈਂਬਲ ਤੇ ਗੜੀ ਇਲਾਕੇ ਦੇ ಮತਦਾਨ ਕੇਂਦਰੇ ਦਾ ਨਿਰੀਖਣ ਕੀਤਾ। ਉਹਨੇ ਮਤਦਾਤਾ ਸੂਚੀਆਂ ਦੇ ਚਲਾਰ ਦੇ ਟਕੋਦੇ ਨਜ਼ਰਸਾਨੀ ਵਾਲੇ ਕਮੇਚ ਨਾਮੇ ਮਤਦਾਤਾਾਂਗੇ ਜੋੜਨੇ ਕਈਏ ਦੇ ਨਾਏਂਗੀ ਅਟਾ ਨੇ ਤਰਮੀਮ ਤੇ ਬਦਲਾਅ ਵਾਲੇ ਕੰਮਾਂ ਦਾ ਵੀ ਜਾਇਜ਼ਾ ਲੇਤਾ ਉਹਨੇ ਚੁਣਾਰ ਰਿਟਰਨਿੰਗ ਅਸਰेंगी ਇਸ ਗੱਲਾ ਦੀ ਯਕੀਨੀ ਬਣਾਉਣ ਲਈ ਆਖਿਆ ਜੇ ਪਾਰਟੀ ਚੋਣ ਆਯੋਗ ਦੇ ਨਿਰਦੇਸ਼ੇ ਮੁਤਾਬਕ ਵਿਜਨ ਦਸਤਾਵੇਜ਼ ਦੇ ਕੁਸਾ ਦਾਵੀ ਨਾ ਮਤਦਾਤਾ ਸੂਚੀਆਂ ਥਮਾ ਅਟਾਇਆ ਨਹੀਂ ਜਾ ਆਕਾਸ਼ਵਾਨੀ ਅਸਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੁੰਦੇ ਮਨ ਕੀ ਬਾਤ ਕਾਰਜਕਰਮ ਉਪਰ ਇਕ ਵਿਸ਼ੇਸ਼ ਸ਼੍ਰੇਂਖਲਾ ਸ਼ੁਰੂ ਕੀਤੀ ਗਈ ਹੈ ਜਿਹੜੀ ਪ੍ਰਧਾਨ ਮੰਤਰੀ ਹੁੰਦੇ ਮਨ ਕੀ ਬਾਤ ਕਾਰਜਕ੍ਰਮ ਦੇ ਇਸਮੀ ਨੇ 100 ਐਪੀਸੋਡ ਪੂਰੇ ਹੋ ਜਾਣੇ ਤੇ ਸਰਬੰਧਾ ਚ ਚਲਾਈ ਜਾ ਰਹੀ ਹੈ ਇਸ ਸ਼੍ਰੇਂਖਲਾ ਤਹਿਤ ਇਸ ਵਾਰੀ ਆਓ ਸੁਣਚਾ ਪ੍ਰਧਾਨ ਮੰਤਰੀ ਹੁੰਦੀ ਆਸੀਆ ਮਨ ਕੀ ਬਾਤ ਦੀ ਉਸ ਕੜੀ ਦਾ ਇੱਕ ਲੋਕਾ ਜਨਿਆ ਅੰਛ ਜਿਹਦੇ ਚ ਨੇ ਕੋਵਿਡ ਦੌਰਾਨ ਆਯੁਰਵੇਦ ਦੇ ਮੱਤਬੂ ਪਰ ਗੱਲ ਕੀਤੀ ਦੀ ਹੈ ਮੇਰੇ ਪਿਆਰੇ ਦੇਸ਼ ਵਾਸੀਓ ਹਮਾਰੇ ਸ਼ਾਸਤਰੋ ਮੇ ਕਹਾ ਗਿਆ ਹੈ ਨਾਸਤੀ ਮੂਲਮ ਅਨੌਸ਼ਧਮ अर्थात पृथ्वी पर ऐसी कोई वनस्पति नहीं है जिसमें कोई न कोई औषधीय गुण न हो हमारे आसपास ऐसे कितने ही पेड़ पौधे होते हैं जिनमें अद्भुत गुण होते हैं लेकिन कई बार हमें उनके बारे में पता ही नहीं होता मुझे नैनीताल से एक साथी भाई परितोष ने इस विषय पर एक पत्र भेजा है उन्होंने लिखा है कि उन्हें गिलोय और दूसरी कई वनस्पतियों के इतने चमत्कारी मेडिकल गुणों के बारे में कोरोना आने के बाद ही पता चला परितोष ने मुझे आग्रह भी किया है कि मैं मन की बात के सभी श्रोताओं से कहूं कि आप अपने आसपास की वनस्पतियों के बारे में जानिए और दूसरों को भी बताइए वास्तव में ये तो हमारी सदियों पुरानी विरासत है जिसे हमें ही संजोना है ਕੱਲ ਪ੍ਰithvi ਦਿਵਸ ਦੀ ਮਨਾਦੀ ਹੋਈ ਨੁਸ਼ਾਰਾ ਜੰਗਲਾਤ ਡਿਵੀਜ਼ਨ ਆਸਿਆ ਸੁੰਦਰਬਨੀ ਜੰਗਲਾਤ ਰੇਂਜ ਚ ਪੌਦੇ ਤਕਸੀਮ ਕੀਤੇ ਗਏ ਇਸ ਅਭਿਆਨ ਚ ਪੰਚਾਇਤੀ ਰਾਜ ਈਦਾਰੇ ਤੇ ਸਿਵਲ ਸੋਸਾਇਟੀ ਦੇ ਮੈਂਬਰਾਂ ਸਹਿਲਤਾ ਇਹਦਾ ਸਰੀਸਾ ਸਾਂਝੇ ਤੌਰ ਉਪਰ ਸੁੰਦਰਬਨੀ ਜੰਗਲਾਤ ਰੇਂਜ ਦੇ ਬਲਾਕ ਅਫਸਰਿਆਂ ਸਹਿਯੋਗ ਕੀਤਾ ਗਿਆ ਹ ਇਸ ਮੌਕੇ ਨੁਸ਼ਾਰਾ ਦੇ ਜੰਗਲਾਤ ਅਧਿਕਾਰੀ ਸਤੇਂਦਰ ਮੋਰੇ ਹੋਰੇ ਲੋਕਿਆਂ ਗੇ ਅਪੀਲ ਕਰਦੀ ਹੋਈ ਆਖਿਆ ਜੋ ਜਲਵਾਯੂ ਪਰਿਵਰਤਨ ਦੀਆਂ ਚੁਣੌਤੀਆਂ ਕੀ ਘਟ ਕਰਨੇ ਆਸਤਾ ਅਗੇ ਆਨ ਤਾਂ ਜੇ ਅਗੜੀ ਪੀੜ੍ਹੀ ਦੀ ਬਿਹਤਰ ਪਰਿਆਵਰਣ ਥੋਈ ਸਕੇ ਇਹ ਖਬਰਾਂ ਤੁਸ ਆਕਾਸ਼ਵਾਨੀ ਜੰਮੂ ਧਮਾ ਸੁਣਾਉਂਦੇ ਹੋਰ ਬਾਕੀ ਦੀ ਖਬਰیں ਕਰਨਾ ਪੰਕਜ ਕੋਲੀ ਉਤਰੀ ਸੈਨਾ ਕਮਾਂਡਰ ਲੈਫਟੇਨੈਂਟ ਜਨਰਲ ਉਪੇਂਦਰ ਦਿਵੇਦੀ ਹੋਰੇ ਕੱਲ ਪੁੰਛ ਜ਼ਿਲ੍ਹੇ ਦੀ ਉਸ 18 ਦਾ ਦੌਰਾ ਲਾਇਆ ਜਿੱਥੇ ਅਤੰਕੀ ਹਮਲੇ ਚ ਭਾਰਤੀ ਸੈਨਾ ਦੇ 5 ਜਵਾਨ ਉਸਲੇ ਸ਼ਹੀਦ ਹੋਏਗੇ ਜਿਸਲੇ ਅਗੀਤ੍ਰ ਗ੍ਰਾਂਚ ਇਫਤਾਰ ਆਸਤੇ ਫਲ ਫਰੂਟ ਤੇ ਔਰਦੂਆ ਸਮਿਆਂਨ ਲਈਏ ਜਾਕਰ ਦੇ ਟਰੱਕਿਓਂ ਉਪਰ ਅਤੰਕਵਾਦੀਆਂ ਹਮਲਾ ਕੀਤਾ ਹ ਉਹਨੇ ਇਸ ਸਰਦੀਲਾ ਕੇ ਚ ਸੁਰੱਖਿਆ ਲਾਤਾ ਜਾਇਜ਼ਾ ਲਿਆਤਾ ਤੇ ਕਾਤ ਲਾਗੇ ਹਮਲਾ ਕਰਨੇ ਵਾਲੇ ਅਤੰਕਵਾਦੀਆਂ ਦੇ ਸਫਾਈ ਲਈ ਚਲਾਇਆ ਜਾਕਰ ਦੇ ਅਭਜਾਨ ਦੀ ਸਮੀਖਿਆ ਕੀਤੀ ਸੁਰੱਖਿਆ ਦੇ ਪ੍ਰਮੁੱਖ ਅਧਿਕਾਰੀਆਂ ਜਿੰਦੇ ਚ ਬੀਐਸਐਫ ਦੇ ਡਾਇਰੈਕਟਰ ਜਨਰਲ ਐਸਐਲ ਥਾਉਸਨ ਤੇ ਪੁਲਸਾ ਦੇ ਅਥੈਟਿਕ ਡਾਇਰੈਕਟਰ ਜਨਰਲ ਮੁਕੇਸ਼ ਸਿੰਘ ਉਹਦੇ ਇਲਾਵਾ ਰਾਸ਼ਟਰੀ ਸੁਰੱਖਿਆ ਗਾਰਡ ਦੀ ਟੀਮ ਨੇ ਵੀ ਆਸੇਲੇ 18 ਪਾਟਾਤ ਦੂਰੀਆਂ ਦਾ ਦੌਰਾ ਲਾਇਆ ਜਿਹੜਾ ਆਲੇ ਦੁਆਲੇ ਕਨੇ ਜੰਗਲੇ ਕਨੇ ਕਰੋਇਦਾ ਆਤ ਸੈਚ ਸੇਨਾ ਦੇ ਪੰਜ ਜਵਾਨ ਸ਼ਹੀਦ ਹੋਏ ਤੇ ਇੱਕ ਜਵਾਨ ਜ਼ਖਮੀ ਹੋ ਗਿਆ ਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਰਨ ਦੇਸ਼ਾ ਚ ਖੇਡ ਪ੍ਰਤਿਭਾਾਂਗੇ ਪ੍ਰੋਚਾਨ ਦੇਣੇ ਚ ਖੇਲੋ ਇੰਡੀਆ ਕਾਜਕਰਮ ਦੀ ਸ਼ਰਨਾ ਕੀਤੀ ਹੈ ਖੇਲੋ ਇੰਡੀਆ ਯੋਜਨਾ ਦੇ 5 ਬਰੇ ਮੁਕੰਮਲ ਹੋਣ ਦੇ ਮੌਕੇ ਪਰ ਯੁਵਾ ਮਾਮਲੇ ਤੇ ਖੇਡ ਮੰਤਰੀ ਅਨੁਰਾਗ ਸਿੰਘ ਠਾਕਰੋਂ ਦੇ ਇੱਕ ਟਵੀਟ ਤੇ ਪਰਤੇ ਚ ਸ਼੍ਰੀ ਮੋਦੀ ਉਰਿਆਖਿਆ ਜੇ ਇਹਦੇ ਕੰਨੇ ਦੇਸ਼ਾ ਚ ਖੇਡ ਪ੍ਰਤਿਭਾਾਂਗੀ ਬੜਾ ਪ੍ਰੋਚਾਨ ਹੋਇਆ ਹੈ ਉਨੇ ਗਲਾਇਆ ਜੇ ਦੇਸ਼ੇ ਚ ਖੇਡਾਂ ਕੀ ਬੜਾਵਾ ਦੇਣ ਦੇ ਮਕਸਦ ਕਰਨੇ ਸਰਕਾਰ ਸਾਜ਼ਗਾਰ ਮੋਲ ਬਣਾਣੇ ਦੀ ਕੋਸਟ ਜਾਰੀ ਰੱਖੋਗ ਖੇਲੋ ਇੰਡੀਆ ਕਾਰਜਕ੍ਰਮ ਕੀ ਜ਼ਮੀਨੀ ਸਤਾ ਪਰ ਖੇਡ ਸੰਸਕ੍ਰਿਤੀ ਚ ਪ੍ਰਤੀਏ ਨਵੇਂ ਸਿਰਿਆ ਜਾਨ ਪਰਨੇ ਦੇ ਮਕਸਦ ਕਰਨੇ ਰੰਭ ਕੀਤਾ ਗਿਆ ਹਾ ਕੱਲ ਜੰਮੂ ਕਸ਼ਮੀਰ ਚ ਕੋਰੋਨਾ ਦੇ 11 ਨਵੇਂ ਮਾਮਲੇ ਸਾਹਮਣੇ ਆਏ ਇਹ ਸਭੇ ਮਾਮਲੇ ਜੰਮੂ ਸੰਭਾਗ ਤਮਾ ਰਿਪੋਰਟ ਕੀਤੇ ਗਿਨ ਜੰਮੂ ਜ਼ਿਲ੍ਹੇ THAMA ਸਬਨੇ ਸ਼ਮਤੇ 6 ਮਾਮਲੇ ਦੇ ਮਗਰਾ ਡੂਡਾ ਤੇ ਰਿਆਸੀ THAMA 22 ਤੇ ਉਦਮਪੁਰ THAMA ਇੱਕ ਜਨੇ ਦੇ ਕੋਰੋਨਾ ਕਨੇ ਕਸਰੀ ਹੋਣੇ ਦੀ ਖਬਰ ਹੈ ਇਨਾਂ ਦੀ ਰਲਾਈਏ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਚ ਕੋਵਿਡ ਦੇ ਕੁੱਲ ਸਕਰੀਏ ਮਾਮਲੇ ਦੀ ਗਿਣਤਰੀ 494 ਪੁੱਜੀ ਗਈ ਹੈ ਜਿੰਦੇ ਚਾ ਜੰਮੂ ਖੇਤੇ THAMA 237 ਤੇ 257 ਕਸ਼ਮੀਰ ਸੰਭਾਗ THAMAN ਕੱਲ ਜੰਮੂ ਸੰਭਾਗ ਦੇ 71 ਕੋਰੋਨਾ ਕਸਰੀ ਬਲਬੀ ਹੋਏਨ ਵਿਸ਼ਵ ਬੈਂਕ ਦੀ ਲੌਜਿਸਟਿਕ ਪ੍ਰਦਰਸ਼ਨ ਸੂਚਕਾਂਕ ਚ ਭਾਰਤ 8ਵੇ ਥਾਰੇ ਪਰ ਪੁੱਜੀ ਗਿਆ ਹੈ 2014 ਚ ਪਾਰਤ ਇਸੇ ਸੂਚਿ ਚ ਚੁਰੰਜਮੀ ਠਾਰਾ ਪਰਹਾ 2014 ਤਮਨ ਲਈਏ 2022 ਤੋੜੀ ਭਾਰਤ ਨੇ 16 ਦੇਸ਼ਾਂ ਕੀ ਪਿਛੇ ਛੋੜਦੀ ਹੋਈ ਇਹ ਨਵੀਂ ਠਾਰਾ ਅਸਲ ਕੀਤੀ ਹੈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੇ ਇਸੇ ਇੱਕ ਬੜੇ ਮਤੇ ਉਤਸ਼ਾਹ ਵਾਲੀ ਪ੍ਰਵ੍ਰਤੀ ਕਰਾਰ ਦਿੱਤਾ ਜਿਹੜੀ ਜੇ ਸਰਕਾਰੀ ਸੁਧਾਰੇ ਪਾਸੇ ਚਲਾਈ ਜਾ ਕਰਦੀ ਹੈ ਇੱਕ ਟਵੀਟ ਚ ਸ਼੍ਰੀ ਮੋਦੀ ਹੋਰੇ ਆਖਿਆ ਜੇਨੇ ਫਾਇਦੇ ਕਨੇ ਲਾਗਤ ਘਟੋਕ ਤੇ ਦੇਸ਼ੀ ਦੇ ਕਾਰੋਬਾਰ ਚ ਔਰ ਮੁਕਾਬਲੇਬਾਜ਼ੀ ਯੋਗ ਆਲਿਚ ਕੇ ਬਰੀ ਦੀਆਂ ਬਰਖਾ ਤੇ ਐਨ ਗੜਾ ਪਾਉਣੇ ਕਰੀਏ ਗਰਾਈ ਮੂੜੀਂ ਚ ਕਰਸਾਨੀ ਆਸਤੇ ਪਰੇਸ਼ਾਨੀ ਮੁਸੀਬਤ ਬਣੀ ਗਈ ਹੈ ਇਸ ਬੇਮੌਸਮੀ ਬਰਖਾ ਕਨੇ ਫਲ ਅਤੇ ਸਬਜ਼ੀਆਂ ਦੀਆਂ ਫਸਲਾਂ ਕੀ ਮਤਾ ਨੁਕਸਾਨ ਪੁਝਾ ਉਦੰਪੁਰ ਜ਼ਿਲ੍ਹੇ ਦੇ ਉਰਨ ਇਲਾਕੇ ਦੇ ਕੰਨੋ ਕਨੀ ਟਕੋਦੇ ਤੋਰਾ ਪਰ ਪੰਚਾਰੀ ਤੇ ਮੌਂਗਰੀ ਚ ਸੇਉ ਖਵਾਨੀ ਆੜੂ ਨਾਸ਼ਪਤੀ ਤੇ ਖੋੜੇ ਦੀ ਫਸਲ ਐਨ ਗੜੇ ਕਨੇ ਬਰਬਾਦ ਹੋ ਗਈ ਹੈ ਇਸ ਸਰਬੰਦੇ ਚ ਸਾੜੇ ਉਦੰਪੁਰਲੇ ਸੰਵਾਦਾਤਾ ਅਚਨ ਦੂਬੀ ਹੁੰਦੀ ਇਹ ਰਿਪੋਰਟ ਪਾੜੀ ਬਰਖਾ ਤੇ ਓਲੇ ਦੇ ਤੂਫਾਨ ਨੇ ਗ੍ਰਾਮੀਨ ਇਲਾਕੇ ਦੇ ਕਿਸਾਨਾਂ ਨੇ ਕੀ ਪਰੇਸ਼ਾਨੀ ਪੈਦਾ ਕਰੀ ਦਿੱਤੀ ਹੈ ਇਸ ਅਸਮੇ ਬਰਖਾ ਤੇ ਓਲੇ ਦੇ ਤੂਫਾਨ ਨੇ ਫਲ ਤੇ ਸਬਜ਼ੀਆਂ ਦੇ ਫਸਲੇ ਕੀ ਮਤਾਂ ਨੁਕਸਾਨ ਪਹੁੰਚਾਇਆ ਹੈ ਕਿਸਾਨਾਂ ਦਾ ਅਖਣਾ ਹੈ ਜੇ ਇਹ ਭਾਗਵਾ ਨਿਸ਼ਚੇਤਰ ਦੇ ਕਿਸਾਨਾਂ ਲਈ ਇੱਕ ਬੜਾ ਝਟਕਾ ਹੈ ਕਿ ਜੇ ਇਹ ਪਾੜੀ ਇਲਾਕਾ ਦੇ ਕਿਸਾਨਾਂ ਲਈ ਆਮਦਨੀ ਦਾ ਮੁੱਖ ਸੋਤre ਹੈ ਤਕਰੀਬਨ 70% 80% ਫਸਲਾਂ ਦੇ ਨੁਕਸਾਨ ਨੇ ਉਹਨੇ ਕੀ ਮਤੀ ਚਿੰਤਾਜ ਪਾ ਦਿੱਤਾ ਡੋਗਰੀ ਖਾਣੇ ਲਈ ਉਦਮ ਬੁਧਵਾ ਅਚਿੰਦੂ ਬੇ ਪੰਜਾਬ ਪੁਲਿਸ ਨੇ ਵਾਰਿਸ ਪੰਜਾਬ ਦੇ ਸੰਗਠਨ ਦੇ ਕੱਟਰ ਸੋਚਲੇ ਲੀਡਰ ਅਮਰਿਤਪਾਲ ਸਿੰਘ ਨੂੰ ਅੱਜ ਪੰਜਾਬ ਦੇ ਮੋਗੇ ਜ਼ਿਲ੍ਹੇ ਤੋਂ ਹਮਾਂ ਗ੍ਰਿਫਤਾਰ ਕਰ ਲਿਆਤਾ ਪੁਲਿਸ ਪਾਸਿਆ ਪਿਛਲੇ 1 ਮਹੀਨੇ ਤੋਂ ਹਮਾਂ ਉਹਦੇ ਤੇ ਉਹਦੇ ਸੰਗਠਨ ਪਰ ਸ਼ਿਕੰਜਾ ਕਸਿਆ ਜਾਣੇ ਮਗਰਾ ਉਸੀ ਇਰਾਸਤ ਲਾਤਾ ਗਿਆ ਹੈ ਖੇਰਚ ਖਾਸ ਖਾਸ ਖਬਰਾਂ ਇੱਕ ਪਰਿਪਰਤੀ ਹੈ ਕੇਂਦਰੀ ਰਾਜ ਮੰਤਰੀ ਡਾਕਟਰ ਚਿਤੇਂਦਰ ਸਿੰਘ ਨੇ ਆਖਿਆ ਜੇ ਭਾਰਤ ਪ੍ਰਕਿਰਤੀ ਤੇ ਭਾਰਤੀਏ ਸੰਸਕ੍ਰਿਤਿਕ ਮੁੱਲਿਆ ਕੰਨ ਟਿਕਾਉ ਵਿਕਾਸ ਹਸਤ ਹੈ ਬਚਨ ਵਰਦਾ ਹੈ ਰੱਖਿਆ ਅਨੁਸੰਧਾਨ ਵਿਕਾਸ ਸੰਗਠਨ ਡੀਆਰਡੀਓ ਤੇ ਭਾਰਤੀ ਨੌਸੇਨਾ ਨੇ ਨੇਵਲ ਪਲੇਟਫਾਰਮ ਥਮਾ ਇੰਟਰਸੈਪਟਰ ਬੈਲਿਸਟਿਕ ਮਿਸਾਈਲ ਦਾ ਸਫਲਤਾ ਕੰਨ ਪ੍ਰੀਖਣ ਕੀਤਾ મતਦਾਤਾ ਸੂਚੀਆਂ ਦੀ ਪਰਿਵੇਖਕ ਸ਼ੀਤਲਨੰਦੌਰ ਨੇ ਰਿਆਸੀ ਤੇ ਉਦੰਪੁਰ ਜ਼ਿਲ੍ਹਿਆਂ ਦਾ ਦੌਰਾ ਲਾਈ ਹੈ ਮਤਦਾਤਾ ਕੇਂਦਰਾਂ ਦਾ ਮੌਇਨਾ ਕੀਤਾ ਇਹ ਦੇ ਕੰਢੇ ਖਬਰੇ ਦਾ ਇਹ ਬੁਲੇਟਿਨ ਖਤਮ ਹੋਇਆ